जय भीम दोस्तों, मेरा नाम बलविंदर दोग, तुसी देख रहे हो अंबेडकर क्रांतिकारी टीवी। अज पिंड जगतपुर जट्टा विखे मौजूदा सरपंच श्रीमती संतोष राणी वालों पूरे पिंड वासियों नूं विश्वास दिलाया गया उन्हां ने कोई भी पार्टी नूं समर्थन नहीं दिता। बीते दिन पहला बीजेपी वालों श्रीमती अनीता सोम प्रकाश पिंड जगतपुर जट्टा विखे चोण प्रचार करन लई आए और बीजेपी वालों बिना दस्या पिंड दे बाकी पंचायती मैंबरां दे गलां दे विच बीजेपी दे सरोपे पा के एक वीडियो नूं गलत ढंग दे नाल वायरल किया गया। ਪਤਾ ਚੱਲਦਿਆਂ ਪਿੰਡ ਵਾਸੀਆਂ ਵੱਲੋਂ ਬੀਜੇਪੀ ਦਾ ਇਸ ਮਾੜੀ ਘਟਨਾ ਦਾ ਵਿਰੋਧ ਕੀਤਾ ਗਿਆ। ਮੌਜੂਦਾ ਸਰਪੰਚ ਨੇ ਦੱਸਿਆ ਕਿ ਉਹ ਸਰਬ ਸਾਂਝੀ ਪੰਚਾਇਤ ਹੈ ਅਤੇ ਉਹ ਪਿੰਡ ਦੇ ਸਹਿਯੋਗ ਦੇ ਨਾਲ ਹੀ ਹੈ। ਉਹਨਾਂ ਗੱਲਬਾਤ ਕਰਦੇ ਦੱਸਿਆ ਕਿ ਉਹ ਬੀਜੇਪੀ ਵਿੱਚ ਸ਼ਾਮਲ ਨਹੀਂ ਹੈ। ਜਿਹੜੀ ਸਾਡੇ ਕੱਲ ਅਸੀਂ ਬੀਜੇਪੀ ਦੇ ਵਿੱਚ ਰਹੇ ਸੀ, ਅਸੀਂ ਉਹ ਸਾਡਾ ਜਿਹੜਾ ਵੀ ਕੋਈ ਪਾਰਟੀ ਦਾ ਮੈਂਬਰ ਆਉਂਦਾ ਆ, ਨੁਮਾਇੰਦਾ ਆਉਂਦਾ ਆ, ਚਾਹੇ ਉਹ ਕਾਂਗਰਸ ਆ, ਚਾਹੇ ਉਹ ਬੀਜੇਪੀ ਤੋਂ, ਚਾਹੇ ਜਿਹੜਾ ਵੀ ਆਉਂਦਾ ਆ, ਹੋਰ ਵੀ ਆਉਂਦਾ ਆ, ਅਤੇ ਅਸੀਂ ਸਾਰਿਆਂ ਦਾ ਸਰਪੰਚ ਪੰਚਾਇਤ ਜੀ ਆਇਆ ਕਰਦੇ ਹਾਂ, ਅਤੇ ਅਸੀਂ ਜਿਹੜੀ ਪਾਰਟੀ ਆ ਇਹ ਕਿਸੇ ਨੇ ਨਹੀਂ ਚੇਂਜ ਕੀਤੀ, ਅਤੇ ਅਸੀਂ ਜਿੱਥੇ ਜਿੱਥੇ ਹੈਗੇ ਹਾਂ ਅਸੀਂ ਬੜੇ ਖੁਸ਼ ਹਾਂ। ਅਸੀਂ ਸਾਡਾ ਪਿੰਡ ਵਿੱਚ ਸਾਰਿਆਂ ਦੇ ਨਾਲ ਸਾਡਾ ਭਾਈਚਾਰਾ ਬਰਕਰਾਰ ਆ, ਅਸੀਂ ਸਾਡੀ ਸਾਰਿਆਂ ਦੀ ਇੱਜ਼ਤ ਕਰਦੇ ਹਾਂ। ਅਤੇ ਪਿੰਡ ਦੇ ਸਰਪੰਚ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਬੀਜੇਪੀ ਵਿੱਚ ਸ਼ਾਮਲ ਨਹੀਂ ਹੋਏ। ਇਸ ਮੌਕੇ ਰਵਿੰਦਰ ਰਾਏ ਜੀ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਹਨਾਂ ਨੇ ਇਸ ਵੀਡੀਓ ਨੂੰ ਗਲਤ ਤਰੀਕੇ ਨਾਲ ਵਾਇਰਲ ਕੀਤਾ ਗਿਆ ਅਤੇ ਦੱਸਿਆ ਗਿਆ ਕਿ ਪੂਰੀ ਪੰਚਾਇਤ ਸਰਬ ਸਾਂਝੀ ਪੰਚਾਇਤ ਹੈ। ਡੀਓ ਰਿਪੋਰਟ ਅੰਬੇਡਕਰ ਕ੍ਰਾਂਤੀਕਾਰੀ ਟੀਵੀ। ਪਿੰਡ ਜਗਤਪੁਰ ਜੱਟਾਂ ਦੇ ਵਿੱਚ ਪੰਚਾਇਤੀ ਮੈਂਬਰਾਂ ਦੇ ਗਲ ਵਿੱਚ ਬੀਜੇਪੀ ਦੇ ਪੱਟੇ ਪਾਏ ਗਏ ਸੀਗੇ, ਅਤੇ ਉਹ ਇੱਕ ਫੇਕ ਨਿਊਜ਼ ਸੀਗੀ, ਉਹਦੇ ਵਿੱਚ ਗਲਤ ਪ੍ਰਚਲਿਤ ਕੀਤੀ ਗਈ, ਉਹ ਗਲਤ ਢੰਗ ਦੇ ਨਾਲ ਉਹ ਵਾਇਰਲ ਕੀਤੀ ਗਈ ਨਿਊਜ਼। ਇਹ ਜਿਹੜੀ ਸਾਡੀ ਪੰਚਾਇਤ ਹੈ, ਇਹ ਸਰਬ ਸਾਂਝੀ ਸਾਂਝੀ ਪੰਚਾਇਤ ਆ, ਇਹ ਪਿੰਡ ਦੇ ਨੁਮਾਇੰਦਿਆਂ ਦੁਆਰਾ ਚੁਣੀ ਗਈ ਪੰਚਾਇਤ ਆ, ਇਹਦਾ ਕਿਸੇ ਵੀ ਪਾਰਟੀ ਨਾਲ ਕੋਈ ਤਾਲਮੇਲ ਨਹੀਂ ਹੈਗਾ, ਕਿਉਂਕਿ ਇਹ ਸਾਡੇ ਸਾਰੇ ਪਿੰਡ ਦੀ ਇਕਜੁੱਟ ਹੋ ਕੇ ਬਣਾਈ ਗਈ ਪੰਚਾਇਤ ਹੈ।